ਕੀ ਜ਼ਰੂਰਤ ਸੀ? ਪਾਣੀ ਵਾਸਤੇ ਔਖਾ ਬਹੁਤ ਸੀ, ਬਿਲਕੁਲ ਕਢਾਉਣ ਨੂੰ ਜਗ੍ਹਾ ਨਹੀਂ ਕਿਤੇ। ਇਹ ਕਿਆ ਹੋ ਗਿਆ ਪ੍ਰਭੂ? ਇਹ ਕਿਆ ਹੁਆ ਪ੍ਰਭੂ? ਰਾਮ ਵਿਸ਼ੇ ਜਗਨਨਾਥ ਪ੍ਰੇਮਾ ਨਾਮ, ਇਹ ਕਿਆ ਹੁਆ? ਲੈ ਰੋਟੀ ਪਕਾ ਕੇ ਦੇਵਾਂ। ਜਿੰਨਾ ਪਾਣੀ ਪੈਂਦਾ ਹੋਊਗਾ ਨਾ, ਲੀਟਰ ਵਾਲਾ ਜ਼ਿਆਦਾ ਪੈਂਦਾ ਹੋਊਗਾ।
ਨਹੀਂ ਜਿਹਦੇ ਦੋ ਆਪਣੀ ਨਾਰਮਲ ਟੈਂਕੀ ਹੋਣੀ ਨਹੀਂ ਆਪਣੀ ਟੈਂਕੀ 1000 ਲੀਟਰ ਦੀ ਹੈ ਤਾਂ ਬਹੁਤ ਜ਼ਿਆਦਾ ਵੱਡਾ ਫਿਰ ਇਹਦੇ 2000 ਜਾਂ 2500 ਪੈਂਦਾ ਹੋਊਗਾ ਲੀਟਰ ਦੇ ਇਹ ਵੀ ਪੈ ਜਾਂਦਾ ਉਹ 5000 ਲੀਟਰ ਹੈ ਰਿਪਣ ਕਣਕ ਵੱਡਾਂਗੇ ਕੀ ਕਹਿੰਦਾ ਸੀ ਨਾ ਐ ਨਹੀਂ ਵੱਢਦੇ ਉਹਨਾਂ ਨੇ ਕੀ ਕਿਹਾ 1-2 ਵਜੇ ਕਹਿੰਦੀ ਰਿਪਣ ਨਾ ਫਿਰ ਤੁਸੀਂ ਉਹਦੇ ਨੂੰ ਆ ਜਾਓਗੇ ਫਿਰ ਤੁਸੀਂ ਹੁਣ ਆਓਗੇ ਨਹੀਂ ਉਦੋਂ ਨੂੰ ਐਂ ਦੱਸੋ ਫਿਰ
ਆ ਤੂਤੀਆਂ ਓਏ ਭਰਿਆ ਪਿਆ ਉਹ ਤੂਤ ਮਿੱਠੀਆਂ ਵਾਲੀਆਂ ਨੇ ਓਏ ਨਿਰੀ ਖਾਂਡੀ ਪੀਆ ਓਏ ਬਾਲੇ ਮਿੱਠੀਆਂ ਨੇ ਸਵੇਰ ਦੀ ਰੋਟੀ ਖਾ ਕੇ ਨਾ ਆਪੋ ਹੋ ਜਾਂਦਾ ਆਲਸ ਜਿਹਾ ਆਉਂਦਾ ਹੈਗਾ ਜਿਸ ਦਿਨ ਦਹੀਂ ਖਾ ਲੈਣ ਨਾਲ ਅਤੇ ਲੱਸੀ ਪੀ ਲੈਣ ਉਸ ਦਿਨ ਤਾਂ ਬਹੁਤ ਜ਼ਿਆਦਾ ਕੱਲ੍ਹ ਮੈਂ ਕੀ ਕਿਹਾ ਮੈਂ ਸਵੇਰੇ ਰੋਟੀ ਨਹੀਂ ਖਾਂਦੀ ਮੈਂ ਕੋਈ ਸਮੂਦੀ ਬਣਾ ਕੇ ਪੀਆ ਕਰੂੰ ਰਾਤ ਮੈਂ ਭਿਉਂ ਕੇ ਪੈ ਗਈ ਆਪਦੇ ਅੰਜੀਰ ਉਂਜੂਰ ਪਤਾ ਹੁਣ ਫਿਰ ਐਂ ਜੀ ਕਰਦੇ ਉਹਨੂੰ ਪਈ ਆ ਰਹਿਣ ਦੇ ਵੀ ਹੁਣ ਉਹ ਮੈਂ ਫਿਰ ਪੀ ਲਾਂ ਵੀ ਹੁਣ ਫਿਰ ਰੋਟੀ ਖਾ ਲਓ ਸਵੇਰੇ ਤਾਂ ਰੋਟੀ ਜੀ ਕਰਦਾ ਜੀ ਅੱਠ ਕੁ ਵਜੇ ਕਰਦੀ ਖਾਂਦੀ ਹੁੰਦੀ ਮੈਂ ਰੋਟੀ ਮਾੜੀ ਰਸੋਈ ਜੀ ਸਾਫ਼ ਕਰਦੀ ਬਸ ਜਦੋਂ ਹੁਣ ਅੱਠ ਵੱਜ ਜਾਣ ਵਾਲੀ ਹੋ ਗਈ ਦਸ ਮਿੰਟ ਰਹਿ ਜਾਣ ਆਪਣੇ ਆਪ ਫਿਰ ਮਨ ਕਰਨ ਲੱਗ ਜਾਂਦਾ ਰੋਟੀ ਖਾ ਲਈ ਪਤਾ ਨਹੀਂ ਲੋਕ ਕਿਵੇਂ ਕਹਿ ਦਿੰਦੇ ਨੇ ਸਾਨੂੰ ਤਾਂ ਰੋਟੀ ਨਹੀਂ ਸਵਾਦ ਲੱਗਦੀ ਸਾਨੂੰ ਉਹ ਨਹੀਂ ਸਵਾਦ ਲੱਗਦਾ
ਕੱਲ ਪੌਣੇ 9 ਵਜੇ ਲਾਈਟ ਕੱਟ ਲਈ ਸੀ, ਭਰ ਲਓ ਟੈਂਕੀਆਂ ਟੂੰਕੀਆਂ, ਪਤਾ ਨਹੀਂ ਕਿਉਂ ਉਸਨੇ ਹੀ ਕੱਟ ਦਿੰਦੇ ਨੇ ਹੁਣ ਤਾਂ। ਕਿਚਨ ਹੋ ਗਈ ਆਪਣੀ ਸਾਫ, ਝਾੜੂ ਲਾ ਕੇ ਫਿਰ ਬਰਤਨ ਸਾਫ ਕਰਕੇ ਪੋਚਾ ਫਿਰ ਲਾਵਾਂਗੇ, ਪਹਿਲਾਂ ਰੋਟੀ ਖਾ ਲਈਏ। ਆਪਾਂ ਬਣਾ ਲੈਂਦੇ ਖੀਰੇ ਦਾ ਰਾਇਤਾ ਨਾਲ। ਖੀਰੇ ਦਾ ਰਾਇਤਾ, ਘੀਏ ਦਾ ਰਾਇਤਾ ਬਹੁਤ ਜ਼ਿਆਦਾ ਸਵਾਦ ਲੱਗਦਾ। ਬੱਚੇ ਸਾਡੇ ਪਿਆਜ਼ ਦਾ ਰਾਇਤਾ ਪਸੰਦ ਕਰਦੇ ਨੇ, ਪਰ ਮੈਨੂੰ ਖੀਰੇ ਦਾ ਵਧੀਆ ਲੱਗਦਾ। ਇਹਦੇ ਵਿੱਚ ਪਾਵਾਂਗੇ ਜੀ ਖੀਰਾ, ਮੈਨੂੰ ਤਾਂ ਵਧੀਆ ਲੱਗਦਾ ਦਹੀਂ 'ਚ ਇੱਕ ਖੀਰਾ ਪਾਇਆ, ਤੁਹਾਨੂੰ ਘੱਟ ਪਸੰਦ ਹੈ ਘੱਟ ਪਾ ਲਿਓ, ਠੀਕ ਹੈ। ਉਸ ਤੋਂ ਬਾਅਦ ਇਹਦੇ 'ਚ ਆਪਾਂ ਪਾਵਾਂਗੇ ਆਪਣਾ ਦਹੀਂ। ਦਹੀਂ ਅਸੀਂ ਇੰਨਾ ਕੁ ਰੱਖਦੇ ਐਵੇਂ, ਜ਼ਿਆਦਾ ਸੰਘਣਾ ਨਹੀਂ ਰੱਖਦੇ, ਕਿਉਂਕਿ ਜਿਹੜਾ ਬਹੁਤ ਜ਼ਿਆਦਾ ਉਹ ਹੁੰਦਾ ਥਿੱਕ ਦਹੀਂ ਹੁੰਦਾ ਹੈ ਨਾ, ਬੱਚੇ ਲਾਇਕ ਨਹੀਂ ਕਰਦੇ ਹੈਗੇ। ਸਵੇਰ ਨੂੰ ਵੀ ਥੋੜ੍ਹਾ ਦੁੱਧ ਪਾ ਕੇ ਫੈਂਟ ਲਈਦਾ, ਜਾਂ ਮੈਂ ਜਦੋਂ ਦਹੀਂ ਜਮਾਉਂਦੀ ਹਾਂ ਉਦੋਂ ਹੀ ਘਿਓ ਕਰ ਦਿੰਦੀ ਹਾਂ, ਉਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਕੇ ਜਮਾ ਦਿੰਦੀ ਹਾਂ। ਜਿਹੜੀ ਬਹੁਤ ਬਹੁਤ ਸੰਘਣੀ ਦਹੀਂ ਬੱਚੇ ਕਹਿੰਦੇ ਨੇ ਪਸੰਦ।
ਇੱਕ ਆਪਣੇ 'ਚ ਪਾਵਾਂਗੇ ਕਾਲੀ ਮਿਰਚ। ਹਾਂ ਕਿਚਨ 'ਚ ਅਤੇ ਤੁਸੀਂ ਇਹਦੇ ਵਿੱਚ ਕਾਲਾ ਲੂਣ ਪਾ ਸਕਦੇ ਹੋ ਜਾਂ ਪਿੰਕ। ਵਾਈਟ ਲੂਣ ਤਾਂ ਪਰਹੇਜ ਬੰਦ ਕਰੋ ਜੀ, ਪਰ ਮੈਂ ਇੰਨਾ ਕਾਲਾ ਨਾ ਪਿੰਕ ਕੋਈ ਵੀ ਨਹੀਂ ਪਾਉਂਦੀ। ਅਤੇ ਇਹਦਾ ਕਾਰਨ ਇਹ ਆ ਜੀ, ਕਿਉਂਕਿ ਜੇ ਲੂਣ ਪਾ ਲੈਣ ਦਹੀਂ 'ਚ ਨਾ ਤਾਂ ਬਲੋਟਿੰਗ ਹੋ ਜਾਂਦੀ, ਗੈਸ ਜੀ ਬਣ ਗਿਆ, ਮਤਲਬ ਕਿ ਅਫਾਰਾ ਆ ਜਾਂਦਾ ਪੰਜਾਬੀ 'ਚ ਕਹਿ ਦਾਂਗੇ। ਇਹ ਤਾਂ ਸਿਰਫ ਕਾਲੀ ਮਿਰਚ। ਲਓ ਜੀ ਰਾਇਤਾ ਆਪਣਾ ਤਿਆਰ ਆ, ਆਪਾਂ ਫਟਾਫਟ ਰੋਟੀ ਖਾ ਲਈਏ ਹੁਣ, ਠੀਕ ਹੈ। ਅਤੇ ਨਾਲ ਹੈਗੀ ਆਪਣੇ ਕੋਲ ਸਬਜ਼ੀ, ਮਿਲਦੇ ਹਾਂ ਤੁਹਾਨੂੰ ਥੋੜ੍ਹੀ ਦੇਰ 'ਚ। ਟਾਈਮ ਹੋ ਗਿਆ 8:30 ਵਜੇ ਦਾ, ਆਪਾਂ ਕਰ ਲਈਏ ਚਾਹ। ਪਹਿਲੀ ਚਾਹ ਪੀਂਦੇ ਨੇ 9 ਵਜੇ, ਦੂਜੀ ਪੀਂਦੇ ਨੇ 11 ਵਜੇ, ਤੀਜੀ ਪੀਂਦੇ ਨੇ 3 ਵਜੇ, 3 ਚਾਹਾਂ ਪੀਂਦੇ ਨੇ। ਕਈ ਮਿਸਤਰੀ 4 ਵਾਰੀ ਕਰਾਉਂਦੇ ਹੁੰਦੇ ਨੇ ਵੀ 1 9 ਵਜੇ, 1 11 ਵਜੇ, 1 ਕਰਕੇ 2:30 ਵਜੇ ਕਰਕੇ, 4 ਵਜੇ ਫਿਰ ਇਹ 4 ਵਜੇ ਵਾਲੀ ਨਹੀਂ ਕਰਾਉਂਦੇ, 3 ਵਾਰੀ ਕਰਾਉਂਦੇ ਨੇ। ਦੋ ਕੰਨੀਆਂ ਰਹਿੰਦੀਆਂ ਨੇ, ਬਸ ਉਹ ਨਿਕਲ ਜਾਣੀਆਂ, ਲੈਣਗੇ ਅੱਜ। ਲਓ ਜੀ ਅੱਜ ਆਪਾਂ ਕਣਕ ਵੱਢੀ ਗਈ ਆਪਣੀ, ਅਤੇ 2 ਟਰਾਲੀਆਂ ਭਰ ਗਈਆਂ ਨੇ, ਅਤੇ ਉੱਧਰ ਆਪਾਂ ਲਾ ਦਾਂਗੇ ਪ੍ਰਾਪਕਿਆਂ ਵੱਲ, ਆਪਣੇ ਥਾਂ ਨਹੀਂ ਹੈਗਾ, 1 ਟਰਾਲੀ ਮੰਡੀ 'ਚ ਲੈ ਜਾਂਗੇ, 1 ਵਿਹੜੇ 'ਚ ਉਤਾਰ ਦਾਂਗੇ। ਇਹ ਟਰੈਕਟਰ ਮੇਰੇ ਦਿਓਰ ਵਾਲਾ ਹੈਗਾ, ਮਾਸਟਰ ਜੀ ਨੂੰ ਘੱਟ ਹਿਸਾਬ ਹੈਗਾ, ਕਿਉਂਕਿ ਜਿਹੜੀ ਬੰਦਾ ਹੈ ਨਾ ਮਸ਼ੀਨਰੀ ਚਲਾਉਂਦਾ ਰਹੇ ਉਹ ਹੀ ਵਧੀਆ ਹੱਥ ਲੱਗੀ ਹੁੰਦੀ ਹੈ। ਸਾਡੇ ਕੋਲ 855 ਹੈਗਾ, ਇਹਨਾਂ ਕੋਲ ਇਹ ਹੈਗਾ ਗਾ ਜੀ ਆਪਣਾ ਜੌਨ ਡੀਅਰ। ਟਾਈਮ ਹੈ ਜੀ ਸ਼ਾਮ ਦੇ 6 ਵੱਜ ਗਏ ਨੇ, ਅਤੇ ਹੁਣ ਅਸੀਂ ਬੁਟੀਕ 'ਚੋਂ ਬਾਹਰ ਆਏ ਹਾਂਗੇ। ਪਹਿਲਾਂ 2 ਟੇਲਰ ਆ ਗਏ, ਫਿਰ ਮਸ਼ੀਨ ਵਾਲਾ ਵਰਕਰ ਆ ਗਿਆ, ਹੁਣ ਲੱਤਾਂ ਦੁਖਣ ਲੱਗ ਗਿਆ, ਸਵੇਰ ਦੇ ਕਦੋਂ ਦੇ ਬੈਠੇ ਹਾਂਗੇ ਅਸੀਂ। ਅਤੇ ਮੌਸਮ ਕਾਫੀ ਜ਼ਿਆਦਾ ਖਰਾਬ ਹੋ ਗਿਆ, ਬੱਦਲਬਾਜ਼ੀ ਵਾਲਾ ਮੌਸਮ ਬਣਿਆ ਹੋਇਆ। ਚਲੋ ਦਾਣੇ ਸਾਂਭ ਗਏ ਆਪਣੇ, ਸਮੇਂ ਤਾਂ ਕਿਹੜੇ ਨੇ ਕਿ ਟਰਾਲੀਆਂ 'ਚ ਪਏ ਨੇ, ਦੇਖਦੇ ਹਾਂ ਹੁਣ ਜੇ ਲੱਗਿਆ ਮੌਸਮ ਜ਼ਿਆਦਾ ਖਰਾਬ ਜਾਂਦਾ ਫਿਰ ਤਰਪਾਲ ਪਾ ਦਾਂਗੇ। ਇੱਧਰ ਪ੍ਰਾਪ ਕੇ ਘਰੇ ਖੜਾ ਦਿੱਤੀਆਂ ਨੇ 2 ਟਰਾਲੀਆਂ, 1 ਟਰਾਲੀ ਤਾਂ ਐਵੇਂ ਭਰੀ ਖੜੀ ਰਹੂਗੀ ਜਦ ਤੱਕ ਆਪਣੀ ਉਹ ਕਹਿੰਦੇ ਨਹੀਂ ਹੈਗਾ ਆੜਤੀ ਆ ਵੀ ਲਿਆਓ, ਦੂਜੀ ਟਰਾਲੀ ਆਪਾਂ ਨੂੰ ਥੱਲੇ ਲਾਉਣੀ ਪਊ ਜਿਹੜੀ ਆਪਾਂ ਘਰੇ ਰੱਖਾਂਗੇ।
ਕੁੱਤਾ ਹੈ ਕਿੱਥੋਂ ਆ ਰਿਹਾ ਹਜੇ ਵੀ ਡਿੱਗੂਗਾ। ਚਲੋ ਬਸ ਦਾਣੇ ਸਾਂਭ ਗਏ ਜੀ, ਪਰ ਮੌਸਮ ਖਰਾਬ ਹੋਇਆ ਹੋਇਆ ਹਜੇ, ਪਰਮਾਤਮਾ ਨਾਲ ਬਸ 10 ਕੁ ਦਿਨਾਂ 'ਚ ਸਾਡੇ ਵੱਲ ਤਾਂ ਸਾਰਾ ਨਿਬੜ ਜੂਗਾ। ਲੋਕ ਕਾਹਲੇ ਵਾਲੇ ਨੇ ਹੁਣ, ਜਿਨ੍ਹਾਂ ਨੂੰ ਮੱਕੀਆਂ ਬੀਜਣ ਦੀ ਕਾਹਲਾ ਹੈ ਨਾ, ਮੂਹਰੇ ਕੰਬਾਈਨ ਚੱਲੀ ਜਾਂਦੀ ਆ, ਪਿੱਛੇ ਤੂੜੀ ਵਾਲੀ ਚੱਲੀ ਜਾਂਦੀ ਆ, ਉਹ ਤੋਂ ਪਿੱਛੇ ਤਵੀਆਂ ਨਾਲ ਵਾਹਣ ਵਾਹੀ ਜਾਂਦੇ ਨੇ, ਫਿਰ ਰਾਤ ਨੂੰ ਰੌਣੀ ਕਰ ਦਿੰਦੇ ਨੇ, ਮੱਕੀ ਬੀਜਣ ਦੀਆਂ ਤਿਆਰੀਆਂ ਹੋ ਰਹੀਆਂ ਨੇ। ਚਲੋ ਦੇਖਦੇ ਹਾਂ ਜੀ, ਪਰਮਾਤਮਾ ਨੇ 10 ਕੁ ਦਿਨ ਦੇ ਤੇ, 10 ਕੁ ਦਿਨਾਂ 'ਚ ਸਭ ਦਾ ਕੰਮ ਨਿਬੜ ਜੂ, ਦਾਣੇ ਸਾਂਭ ਜਾਣਗੇ, 6 ਮਹੀਨਿਆਂ ਦੀ ਖੇਤੀ ਹੈਗੀ। ਅਤੇ ਚਲੋ ਠੀਕ ਆ ਜੀ, ਆਪਾਂ ਅੱਜ ਵਾਲੇ ਵਲੋਗ ਦਾ ਐਂਡ ਇੱਥੇ ਕਰਦੇ ਹਾਂਗੇ, ਠੀਕ ਹੈ। ਕੱਲ੍ਹ ਨੂੰ ਆਪਾਂ ਨਵੇਂ ਵਲੋਗ ਦੇ ਨਾਲ ਮਿਲਦੇ ਹਾਂ, ਅਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਵੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ, ਠੀਕ ਹੈ ਜੀ। ਕੱਲ੍ਹ ਨੂੰ ਨਵੇਂ ਵਲੋਗ ਨਾਲ ਮਿਲਦੇ ਹਾਂ, ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ। ਮੇਰਾ ਵਸਦਾ ਰਹੇ ਪੰਜਾਬ, ਖੁਸ਼ ਰਹੋ, ਆਬਾਦ ਰਹੋ, ਹੱਸਦੇ ਰਹੋ, ਵਸਦੇ ਰਹੋ। ਬਾਏ।